कम तो कॉलेज कॉलेज तो कम ते ने आउंदे सिद्धे शिफ्टां सुपने खुलियां नींदां दे शिफ्टां ने मसले मिदे गड़ गई हिक विच जवानी मेहनत दी मेख नूं किथे तक लै आई रोटी देसों परदेस नूं किथे तक लै जावेगी। बड़ा रुझान बनिया हुआ है, मैं जाना हुंदा जी प्रदेश दे विच 10-15 दिनों तो बाद सानू इदां लगन लग जांदा है कि ओह किथे आ गया वापस चलीए है ना। करी तो बंदे इदां कहंदे ने कि यार कनेडा ने सानू डालर तो दे दिते ते साडा परिवार खो लिया, साडे सारे सुख खो ले साडे तो। मैनू इदां लग्या कि मैनू मेरे पंजाब वर्गी मेरे देश वर्गी मौज नहीं मिलणी। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅਤੇ ਬਾਲੀਵੁੱਡ ਤੜਕਾ ਪੰਜਾਬੀ। ਮੈਂ ਤੁਹਾਡੇ ਨਾਲ ਨੇਹਾ ਮਨਹਾਸ ਔਰ ਮੇਰੇ ਨਾਲ ਇਸ ਵੇਲੇ ਫਿਰੋਜ਼ ਖਾਨ ਜੀ ਮੌਜੂਦ ਨੇ। ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਪਹੁੰਚੇ ਹੋਏ ਨੇ ਔਰ ਗਾਣਾ ਇਹਨਾਂ ਦਾ ਰੋਟੀ ਜਿਹੜਾ ਉਹ ਆਇਆ ਹੈ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਤੁਸੀਂ ਆਇਓ, ਸਾਰੀ ਟੀਮ ਦਾ ਬਹੁਤ ਬਹੁਤ ਵੈਲਕਮ ਹੈ। ਮੇਰਾ ਗੀਤ ਆਇਆ ਜੀ ਰੋਟੀ, ਔਰ ਜਿਹੜਾ ਸਾਡੇ ਪਰਦੇਸੀਆਂ ਦੀਆਂ ਦਿੱਕਤਾਂ, ਸਾਡੇ ਪਰਦੇਸੀਆਂ ਦੇ ਹਾਲ ਅਤੇ ਉਹਨਾਂ ਨੂੰ ਬਿਆਨ ਕਰਦਾ, ਸੱਚਮੁੱਚ ਬਿਆਨ ਕਰਦਾ ਗੀਤ ਹੈਗਾ। ਅਤੇ ਕਈ ਲੋਕ ਮਜਬੂਰੀ ਵਸ਼ ਗਏ ਹੋਏ ਨੇ, ਕਈ ਰੁਝਾਨ 'ਚ ਗਏ ਹੋਏ ਨੇ ਕਿ ਉਹ ਗਿਆ ਅਤੇ ਮੈਂ ਵੀ ਜਾਣਾ ਹੈ ਨਾ, ਇਸ ਗੱਲ ਦਾ ਸੋਚ ਕੇ ਗਏ ਹੋਏ ਨੇ। ਪਰ ਉੱਧਰ ਜਾ ਕੇ ਮੈਂ ਕਹਿੰਦਾ ਹੁੰਦਾ ਕਿ ਸੌਖਾ ਨਹੀਂ ਹੈਗਾ ਆਪਣੇ ਆਪ ਨੂੰ ਸੈਟਲ ਕਰਨਾ। ਇੱਧਰ ਮੈਂ ਤਾਂ ਇੱਕ ਰਾਏ ਦਿੰਦਾ ਹੁੰਦਾ ਕਿ ਜਿਹੜਾ ਬੰਦਾ ਸਾਲ ਦੇ ਵਿੱਚ 10-15 ਲੱਖ ਰੁਪਈਆ ਕਮਾਉਂਦਾ, ਉਹਨੂੰ ਬਾਹਰ ਨਹੀਂ ਜਾਣਾ ਚਾਹੀਦਾ ਕਿ ਨਹੀਂ ਭਾਜੀ, ਉਹਨੂੰ ਨਹੀਂ ਜਾਣਾ ਚਾਹੀਦਾ ਬਾਹਰ। ਪਰ ਫਿਰ ਵੀ ਕਈ ਲੋਕ ਰੁਝਾਨ 'ਚ ਚਲੇ ਜਾਂਦੇ ਨੇ ਕਿ ਅਸੀਂ ਉੱਧਰ ਜਾ ਕੇ ਸੈਟਲ ਹੋਣਾ ਹੈਗਾ, ਆਪੋ ਆਪਣੀ ਪਸੰਦ ਹੈ। ਬਟ ਕਿੰਨੀਆਂ ਦਿੱਕਤਾਂ, ਕਿੰਨੀਆਂ ਮੁਸੀਬਤਾਂ ਆਉਂਦੀਆਂ ਨੇ ਇਹ ਗਾਣਾ ਬਿਆਨ ਕਰਦਾ, ਰੋਟੀ ਬਿਆਨ ਕਰਦਾ। ਅਸੀਂ ਕਹਿੰਦੇ ਕਿ ਤਿੰਨ ਚੀਜ਼ਾਂ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਹੈ ਨਾ, ਰੋਟੀ ਹੋਵੇ, ਕੱਪੜਾ ਹੋਵੇ ਅਤੇ ਛੱਤ ਹੋਵੇ ਤਾਂ ਸਰਦਾ ਵੀ ਹੈ। ਪਰ ਮੈਨੂੰ ਲੱਗਦਾ ਕਿ ਜਿਵੇਂ ਸਮਾਂ ਬਦਲਿਆ ਹੈ, ਇਹ ਚੀਜ਼ਾਂ ਜਿਹੜੀਆਂ ਬਦਲ ਚੁੱਕੀਆਂ, ਹੈ ਨਾ, ਹੁਣ ਬੰਦਾ ਕਹਿੰਦਾ ਕਿ ਐਕਸਟਰਾ ਹੋਣਾ ਚਾਹੀਦਾ। ਮਹਿੰਗਾਈ ਇਸ ਲੈਵਲ ਤੱਕ ਜਾ ਰਹੀ ਹੈ, ਵਰਲਡ ਵਾਈਡ ਹੀ ਮਹਿੰਗਾਈ ਵੱਧ ਰਹੀ ਹੈ। ਸੋ ਉਹਨਾਂ ਚੀਜ਼ਾਂ ਨੂੰ ਵੀ ਅੱਜ ਦੀ ਡੇਟ ਦੇ ਵਿੱਚ ਕਈ ਵਾਰੀ ਪੂਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਨਾ। ਬਹੁਤ ਸਾਰੇ ਦੇਸ਼ਾਂ ਦੇ ਬਹੁਤ ਬੁਰੇ ਹਾਲਾਤ ਨੇ, ਤੁਸੀਂ ਤਾਂ ਮੀਡੀਆ ਨੂੰ ਬਿਲੋਂਗ ਕਰਦੇ ਹੋ, ਤੁਹਾਨੂੰ ਪਤਾ ਹੈ ਕਿੱਦਾਂ ਕਿੱਦਾਂ ਦਾ ਹਾਲਾਤ ਚੱਲ ਰਹੇ ਨੇ ਆਲੇ ਦੁਆਲੇ, ਹੈ ਨਾ, ਕਿਤੇ ਜੰਗ ਲੱਗੀ ਹੋਈ ਹੈ, ਕਿਤੇ ਭੁੱਖੇ ਮਰ ਰਹੇ ਨੇ ਲੋਕ, ਕਿਤੇ ਕੋਈ ਇੱਦਾਂ ਦੀ ਤ੍ਰਾਸਦੀ ਆ ਗਈ ਹੈ ਕਿ ਅਰਥਕੁਇਕ ਆ ਗਏ ਨੇ, ਹੈ ਨਾ। ਸੋ ਇਸ ਵੇਲੇ ਕੁਦਰਤ ਵੀ ਬੜੀ ਕ੍ਰੋਧਿਤ ਹੋਈ ਹੋਈ ਹੈ ਅਤੇ ਹੋ ਸਕਦਾ ਕਿ ਸਾਡੀਆਂ ਗਲਤੀ ਕਰਕੇ ਹੀ, ਹੈ ਨਾ। ਬਟ ਉਹਨਾਂ ਮਸਲਿਆਂ ਦੇ ਵਿੱਚ ਸਾਡਾ ਵੀ ਇੱਕ ਮਸਲਾ ਹੈਗਾ, ਰੋਟੀ ਦਾ ਮਸਲਾ ਹੈਗਾ। ਸੋ ਜਿਹਦੇ ਕਰਕੇ ਬਹੁਤ ਸਾਰੇ ਮਜਬੂਰੀ ਮਾਰੇ ਗਏ ਹੋਏ ਨੇ ਲੋਕ, ਉਹਨਾਂ ਦੀ ਗੱਲ ਨੂੰ ਬਿਆਨ ਕਰਦਾ ਹੈ। ਪਰ ਇੱਕ ਗੱਲ ਇਹ ਵੀ ਅਸੀਂ ਸੋਚਦੇ ਹਾਂ, ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੁਝਾਨ ਕਹਿ ਲਈਏ ਜਾਂ ਫਿਰ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਸ਼ਾਇਦ ਉਨੀਆਂ ਜੋਬਸ ਨਹੀਂ ਹੈਗੀਆਂ ਬੱਚਿਆਂ ਕੋਲ ਕਿ ਬੱਚੇ ਸੋਚਦੇ ਕਿ ਸਾਡੇ ਕੋਲ, ਸਾਡਾ ਇੱਥੇ ਕੁਛ ਨਹੀਂ ਬਣਨਾ ਕਿ ਆਪਾਂ ਬਾਹਰ ਹੀ ਜਾਵਾਂਗੇ, ਜਾਂ ਇੱਕ ਕਹਿ ਸਕਦੇ ਕਿ ਟ੍ਰੈਂਡ ਬਣ ਚੁੱਕਿਆ ਕਿ ਅਸੀਂ ਬਾਹਰ ਹੀ ਜਾਣਾ। ਉਸ ਵੇਲੇ ਵੀ ਤਾਂ ਮਾਂ ਪਿਓ 20-25 ਲੱਖ ਲਗਾਉਂਦੇ ਹੀ ਆ, ਔਖੇ ਸੇ ਹੋ ਕੇ, ਹੈ ਨਾ। ਔਖਾ ਨਹੀਂ ਹੈਗਾ, ਇੱਥੋਂ ਵੀ ਖਰਚ ਕਰਕੇ ਜਾਂਦੇ ਆ, ਉੱਥੇ ਬੈਠੇ ਵੀ ਮੰਗਵਾਉਂਦੇ ਆ ਅਤੇ ਖੁਦ ਵੀ ਉਹ ਰੋਂਦੇ ਆ ਉੱਥੇ ਜਾ ਕੇ ਕਿ ਅਸੀਂ ਕਿੱਥੇ ਆ ਗਏ, ਕਿੱਥੇ ਫਸ ਗਏ ਹਾਂ, ਹੈ ਨਾ। ਬਟ ਪਤਾ ਨਹੀਂ ਕੀ ਹੈ ਕਿ ਵੀ ਰੁਝਾਨ ਫਿਰ ਵੀ ਟੁੱਟਦਾ ਨਹੀਂ ਹੈਗਾ, ਹੈ ਨਾ। ਇੱਕ ਦੂਸਰੇ ਨੂੰ ਦੇਖ ਕੇ ਬੜਾ ਰੁਝਾਨ ਬਣਿਆ ਹੋਇਆ। ਮੈਂ ਜਾਣਾ ਹੁੰਦਾ ਜੀ ਪ੍ਰਦੇਸ਼ ਦੇ ਵਿੱਚ 10-15 ਦਿਨਾਂ ਤੋਂ ਬਾਅਦ ਸਾਨੂੰ ਇੱਦਾਂ ਲੱਗਣ ਲੱਗ ਜਾਂਦਾ ਕਿ ਉਹ ਕਿੱਥੇ ਆ ਗਿਆ, ਵਾਪਸ ਚੱਲੀਏ, ਹੈ ਨਾ। ਆਪਣੇ ਵਤਨ ਵਰਗੀ ਰੀਸ ਨਹੀਂ ਹੁੰਦੀ, ਆਪਣੇ ਘਰ ਵਰਗੀ ਰੀਸ ਨਹੀਂ ਹੁੰਦੀ। ਬਟ ਫਿਰ ਵੀ ਜਿਹੜੇ ਉੱਧਰ ਇੰਨੀ ਮਿਹਨਤ ਮੁਸ਼ੱਕਤ ਕਰਕੇ ਆਪਣੇ ਜੀਵਨ ਨੂੰ ਨਿਰਵਾਹ ਨੂੰ ਸਰਵਾਈਵ ਕਰਦੇ ਨੇ, ਸੋ ਮੈਂ ਉਹਨਾਂ ਨੂੰ ਤਾਂ ਮੈਂ ਸਲਿਊਟ ਹੀ ਕਰਦਾ ਕਿ ਦਿਨ ਰਾਤ ਕਈ ਵਾਰੀ ਸ਼ਿਫਟਾਂ ਲਾ ਕੇ ਪਾਗਲ ਹੋ ਜਾਂਦੇ ਨੇ, ਸੌਂਦੇ ਨਹੀਂ, ਨੀਂਦ ਨਹੀਂ ਪੂਰੀ ਹੁੰਦੀ, ਹੈ ਨਾ, ਰੋਟੀ ਨਹੀਂ ਟਾਈਮ 'ਤੇ ਖਾਂਦੇ। ਸੋ ਬੜਾ ਬੜੀਆਂ ਸਾਰੀਆਂ ਦਿੱਕਤਾਂ ਆਉਂਦਾ। ਜਿੱਦਾਂ ਤੁਸੀਂ ਅਕਸਰ ਬਾਹਰ ਵਿਦੇਸ਼ ਜਾਂਦੇ ਰਹਿੰਦੇ ਹੋ, ਹੈ ਨਾ, ਤੁਹਾਡਾ ਫੇਰਾ ਰਹਿੰਦਾ ਹੀ ਹੈ, ਉੱਥੇ ਬਹੁਤ ਸਾਰੇ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਉੱਥੇ ਬਹੁਤ ਬੁਰੇ ਹਾਲ ਹੁੰਦੇ ਆ ਜਿਹੜੇ ਨਵੇਂ ਬੱਚੇ ਗਏ ਹੁੰਦੇ ਆ, ਹੈ ਨਾ, ਉਹਨਾਂ ਨੇ ਸ਼ਿਫਟਾਂ ਲਾਉਣੀਆਂ, ਡੇ ਨਾਈਟ ਆਪਣੀ ਸਟੱਡੀ ਵੀ ਜਿਹੜੀ ਆ ਉਹ ਵੀ ਨਾਲ ਨਾਲ ਕਰਨੀ, ਫੀਸ ਭਰਨੀ, ਹਰ ਚੀਜ਼ ਹੈਗਾ, ਰੈਂਟ ਹੈ, ਹਬ ਸਭ ਕੁਛ ਹੈਗਾ। ਕਦੇ ਇੱਦਾਂ ਦਾ ਕੋਈ ਇੰਸੀਡੈਂਟ ਦੇਖਿਆ ਹੋਵੇ ਜਾਂ ਕਿਸੇ ਬੱਚੇ ਨੇ ਤੁਹਾਡੇ ਨਾਲ, ਤੁਹਾਨੂੰ ਦੇਖ ਕੇ
ਮਿਲੇ ਹੋਵੋ, ਗੱਲ ਸ਼ੇਅਰ ਕੀਤੀ ਹੋਵੇ ਕਿ ਉਹਨੂੰ ਉੱਥੇ ਜਿਹੜੀਆਂ ਦਿੱਕਤਾਂ ਇੱਥੇ ਜਿੰਨੀਆਂ ਸੋਚੀਆਂ ਸੀਗੀਆਂ ਉਸ ਤੋਂ ਵੀ ਡਬਲ ਜਿਹੜੀ ਦੇਖਣੀਆਂ ਪੈਂਦੀਆਂ? ਬਹੁਤ ਸਾਰਾ, ਬਹੁਤ ਕੁਛ. ਮੈਂ ਜਦੋਂ ਜਾਂਦੇ ਹਾਂ ਤਾਂ ਕਈ ਵਾਰੀ ਤਾਂ ਬੰਦੇ ਇੱਦਾਂ ਕਹਿੰਦੇ ਨੇ ਕਿ ਯਾਰ ਕੈਨੇਡਾ ਨੇ ਸਾਨੂੰ ਡਾਲਰ ਤਾਂ ਦੇ ਦਿੱਤੇ ਅਤੇ ਸਾਡਾ ਪਰਿਵਾਰ ਖੋ ਲਿਆ, ਸਾਡੇ ਤੋਂ ਸਾਡੇ ਸਾਰੇ ਸੁੱਖ ਖੋ ਲਏ, ਸਾਡੇ ਤੋਂ ਸਾਡਾ ਜਿਹੜੀ ਸਾਡੀ ਆਜ਼ਾਦੀ ਸੀ ਉਹ ਤਾਂ ਸਾਨੂੰ ਮਿਲ ਗਈ ਹੈ, ਬਟ ਇਕੱਲੇ ਡਾਲਰਾਂ 'ਚ ਹੀ ਫਸ ਕੇ ਰਹਿ ਗਏ, ਨੀਂਦ ਨਹੀਂ ਪੂਰੀ ਹੁੰਦੀ. ਬਹੁਤ ਸਾਰੇ ਦੋਸਤ ਮਿੱਤਰ ਮਿਲਣ ਆਉਂਦੇ ਹੈ, ਉਹ ਕਹਿਣਗੇ ਜੀ, ਮੈਂ ਕਿਹਾ ਹੋਰ ਜੀ ਕੀ ਹਾਲ ਹੈ? ਹਾਂਜੀ ਬਾਕੀ ਤਾਂ ਸਭ ਕੁਝ ਠੀਕ ਹੈ, ਬਸ ਨੀਂਦ ਨਹੀਂ ਪੂਰੀ ਹੋਈ. ਜੇ ਤੁਸੀਂ ਥੋੜ੍ਹਾ ਸਾਡੇ ਗੀਤ ਦੇ ਥੱਲੇ ਕਮੈਂਟਾਂ 'ਚ ਜਾ ਕੇ ਦੇਖੋਗੇ ਨਾ, ਤੁਹਾਨੂੰ 90% ਸਵਾਲਾਂ ਦਾ ਜਵਾਬ ਮਿਲ ਜਾਏਗਾ. ਲੋਕਾਂ ਨੇ ਰੋ ਰੋ ਕੇ ਲਿਖੇ ਹੋਏ ਆ ਕਮੈਂਟ, ਤੁਸੀਂ ਜੇ ਤੁਹਾਨੂੰ ਟਾਈਮ ਲੱਗੇ ਤਾਂ ਜ਼ਰੂਰ ਪੜ੍ਹਨਾ ਪਲੀਜ਼. ਬਹੁਤ ਅੱਛੇ ਅੱਛੇ ਕਮੈਂਟ ਆਏ ਨੇ ਇਸ ਗਾਣੇ ਨੂੰ, ਔਰ ਸੱਚ ਨੂੰ ਬਿਆਨ ਦਾ ਇਹ ਗੀਤ ਹੈਗਾ ਸਾਡਾ ਰੋਟੀ. ਤੁਹਾਡੇ ਕੋਲ ਤੇ ਇੰਨੀ ਅੱਛੀ ਓਪਰਚੁਨਿਟੀ ਸਟਾਰਟਿੰਗ ਦੇ ਵਿੱਚ, ਤੁਸੀਂ ਇੰਨੇ ਲੰਬੇ ਚਿਰ ਤੋਂ ਹੋਏ ਇੰਡਸਟਰੀ ਦੇ ਵਿੱਚ, ਹੈ ਨਾ, ਇੱਕ ਆਰਟਿਸਟ. ਅਸੀਂ ਬਹੁਤ ਸਾਰੇ ਆਰਟਿਸਟ ਦੇਖੇ ਜਿਹੜੇ ਵਿਦੇਸ਼ ਜਾ ਕੇ ਵਾਪਸ ਵੀ ਗਏ, ਆਪਣੀ ਫੈਮਿਲੀ ਸੈਟਲਸ ਕੀਤੀਆਂ ਜਿਹੜੀਆਂ ਉੱਥੇ ਕੀਤੀਆਂ, ਹੈ ਨਾ. ਤੁਹਾਡਾ ਕਦੀ ਨਹੀਂ ਬਣਿਆ ਪਲਾਨ ਕਿ ਜਿੱਦਾਂ ਤੁਸੀਂ ਕਿਹਾ 4 ਮਹੀਨੇ ਉੱਥੇ ਰਹਿ ਲਓ ਨਾ ਜਾਂ ਕੁਝ ਟਾਈਮ ਰਹਿ ਲਓ, ਤੇ ਦਿਲ ਕਰਦਾ ਯਾਰ ਵਾਪਸ ਕਿੱਥੇ ਆ ਕੇ ਚੱਲੀਏ ਵਾਪਸ? ਇਹ ਰੀਜ਼ਨ ਰਿਹਾ ਕਿ ਤੁਸੀਂ ਕਦੀ? ਮੈਨੂੰ ਇੱਦਾਂ ਲੱਗਿਆ ਕਿ ਮੈਨੂੰ ਮੇਰੇ ਪੰਜਾਬ ਵਰਗੀ, ਮੇਰੇ ਦੇਸ਼ ਵਰਗੀ ਮੌਜ ਨਹੀਂ ਮਿਲਣੀ, ਕਿਤੇ ਨਹੀਂ ਮਿਲਣੀ, ਮੈਨੂੰ ਇੱਦਾਂ ਲੱਗਦਾ. ਥੈਂਕ ਯੂ ਸੋ ਮਚ ਸਾਨੂੰ ਸਮਾਂ ਦੇਣ ਦੇ ਲਈ. ਐਂਡ ਰੋਟੀ ਬਹੁਤ ਪਿਆਰੇ ਅਸੀਂ ਮੈਂ ਸੁਣਿਆ ਵਰਡਸ, ਹੈ ਨਾ. ਮੈਂ ਚਾਹੂੰਗੀ ਤੁਸੀਂ ਵੀ ਦੋ ਜਿਹੜੀ ਲਾਈਨਾਂ ਗਾ ਕੇ ਸੁਣਾ ਦਿਓ ਸਾਡੀ ਆਡੀਅੰਸ ਨੂੰ. ਬਹੁਤ ਪਿਆਰਾ ਗੀਤ. ਕੰਮ ਤੋਂ ਕਾਲਜ, ਕਾਲਜ ਤੋਂ ਕੰਮ ਤੇ ਨੇ ਆਉਂਦੇ ਸਿੱਧੇ ਸ਼ਿਫਟਾਂ, ਸੁਪਨੇ ਖੁੱਲੀਆਂ ਨੀਂਦਾਂ ਦੇ ਸ਼ਿਫਟਾਂ ਨੇ ਮਸਲੇ ਮਿੱਦੇ, ਗੱਡ ਗਈ ਇੱਕ ਵਿੱਚ ਜਵਾਨੀ ਮਿਹਨਤ ਦੀ ਮੇਖ ਨੂੰ, ਕਿੱਥੇ ਤੱਕ ਲੈ ਆਈ ਰੋਟੀ ਦੇਸੋਂ ਪਰਦੇਸ ਨੂੰ, ਕਿੱਥੇ ਤੱਕ ਲੈ ਜਾਵੇਗੀ? ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜੇ ਸੁਨੇਹਾ ਇਸ ਵੇਲੇ ਕੋਈ ਦੇਣਾ ਹੋਵੇ ਕੀ ਹੋਵੇਗਾ? ਇਹੀ ਸੁਨੇਹਾ ਹੈ ਕਿ ਵੀ ਇੱਕ ਤਾਂ ਜਿਹੜੇ ਪੰਜਾਬ ਦਾ ਇਸ ਵੇਲੇ ਮਾਹੌਲ, ਮੈਂ ਕਹੂੰਗਾ ਕਿ ਮੁਹੱਬਤ ਵਾਲਾ ਹੋਣਾ ਚਾਹੀਦਾ ਹੈ, ਧਰਮਾਂ ਜਾਤਾਂ ਤੋਂ ਉੱਪਰ ਉੱਠ ਕੇ ਜਿਹੜਾ ਮੁਹੱਬਤ ਦਾ, ਸਾਨੂੰ ਇੱਕ ਦੂਸਰੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ. ਔਰ ਸੈਕਿੰਡ, ਮਿਹਨਤ ਮੁਸ਼ੱਕਤ ਕਰਕੇ ਮੈਂ ਕਹਿੰਦਾ ਵੀ ਇੱਥੇ ਵੀ ਸਭ ਕੁਛ ਹੋ ਸਕਦਾ ਜੇ ਤੁਸੀਂ ਕਰਨਾ ਚਾਹੋ, ਬਟ ਜੇ ਇੱਕ ਰੁਝਾਨ ਹੀ ਬਣ ਗਿਆ ਤਾਂ ਫਿਰ ਮੈਂ ਕਹੂੰਗਾ ਕਿ ਵੀ ਸਾਡਾ ਤਾਂ ਪੰਜਾਬ ਹੀ ਖਾਲੀ ਹੋ ਜਾਏਗਾ, ਹੈ ਨਾ. ਹੈ ਨਾ, ਜੇ ਮੁੰਡੇ ਕੁੜੀਆਂ ਸਾਰੇ ਹੀ ਉੱਧਰ ਚਲੇ ਗਏ ਤਾਂ ਫਿਰ ਮਾਂ ਬਾਪ ਕੀ ਕਰਨਗੇ? ਇੱਥੇ ਤਾਂ ਬਜ਼ੁਰਗ ਹੀ ਬਜ਼ੁਰਗ ਰਹਿ ਜਾਣਗੇ. ਪੰਜਾਬ ਦੇ ਕੁਝ ਪਿੰਡਾਂ 'ਚ ਹੈ ਵੀ ਹੈ, ਹਾਂ, ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਦੇਖਿਆ ਕਿ ਬੇਨਤੀ ਇਹ ਹੈ ਕਿ ਵੀ ਜੇ ਇੱਕ ਪਰਿਵਾਰ ਦੇ 4 ਮੁੰਡੇ ਆ ਤਾਂ 2 ਬਾਹਰ ਚਲੇ ਜਾਓ, 2 ਤਾਂ ਇੱਥੇ ਰਹੋ, 2 ਤਾਂ ਇੱਥੇ ਰਹੋ, ਘੱਟੋ ਘੱਟ ਮਾਂ ਬਾਪ ਦੀ ਸੇਵਾ ਜਾਂ ਸਾਡੇ ਪੰਜਾਬ ਨੂੰ ਵੀ ਸਾਡੀ ਤੁਹਾਡੀ ਲੋੜ ਹੈ. ਪਰ ਉੱਥੇ ਤੁਹਾਡੀ ਉਹੀ ਗੱਲ ਕਹੀ ਆ ਜਾਂਦੀ ਹੈ ਨਾ ਕਿ ਦੇਖੋ ਦੇਖੀ, ਜੇ ਘਰ ਦੇ ਵਿੱਚ ਹੀ ਕਹਿੰਦੇ ਕਿ ਉਹ ਜੇ ਵੱਡਾ ਭਰਾ ਜਾਂ ਛੋਟਾ ਭਰਾ ਹੈ ਤਾਂ ਸਾਡੀ ਫੈਮਿਲੀ ਕਿਉਂ? ਹਾਂ ਬਿਲਕੁਲ 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 ਸਾਡੇ, ਪਰ ਪੰਜਾਬ ਵਰਗੀ ਮੈਂ ਕਹੂੰਗਾ ਵੀ ਰੀਸ ਨਹੀਂ ਹੈ ਮੌਜ. ਬਹੁਤ ਬਹੁਤ ਸ਼ੁਕਰੀਆ. ਥੈਂਕ ਯੂ ਸੋ ਮਚ. ਥੈਂਕ ਯੂ ਜੀ. ਥੈਂਕ ਯੂ. ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ.